साहबान ने विद्या का वर दिता इतो एक ओंकार तो 18-10-20 तक बाणी है जी लिखाई भाई मनी सिंह तो जी जिनी इतने संगत आँदी है किन्न उस महत्व जे महत्व आना चाहिए इस धरती का जिन्ना क महत्व है संगत घाट उस चीज की क्यों पई कत्तर हो करके विचारां करनियां संगती रूप च नाम सिमरन अभ्यास करना विचारां करनियां विचारां च फिर जो चल रहा मौजूदा जां जो भविख दा तुहाडी कोई तुसी नीति तय करनी है ना विचारां करके विचारां च कोई राह लभना हुंदा अगला ओह तकरीबन अपने अमल चों खत्म हो गया ते असीं सारा दिन दिहाड़ी विचारां इस सोशल मीडिया ते करदे रहे करके असीं मिल नहीं रहे सानू आपस च साडी कोई सांझी राय वाला अमल नहीं बन पा रहा उहदे करके बखरेवें वध रहे जो नहीं ठीक हो रहा उहनूं वध प्रचारण की बजाय उहनूं ठीक किद्दां करना वह अमल करना चाहिए जो ठीक हो रहा वह प्रचारना चाहिए जिहनूं जो सही लग रहा उदां कर रहा सो उहदे चक्कर च ही है वी साडा असल महत्व की सी गुरु साहब ने की दस्सिया ਉਹ ਸਾਡਾ ਉਹ ਸਾਰਿਆਂ ਦੀ ਆਪੋ ਆਪਣੀ ਵਿਆਖਿਆ ਹੀ ਬਣੀ ਪਈ ਹੈ ਮਹਾਰਾਜ ਨੇ ਸੰਗਤਾਂ ਬਣਾਈਆਂ ਗੁਰੂ ਨਾਨਕ ਪਾਤਸ਼ਾਹ ਜਿੱਥੇ ਜਿੱਥੇ ਗਏ ਉਹ ਸੰਗਤਾਂ ਨੇ ਆਪਦੇ ਮਿਲ ਬੈਠਣ ਦੇ ਲਈ ਧਰਮਸ਼ਾਲਾ ਬਣਾਈਆਂ ਜੋ ਹੁਣ ਆਪਾਂ ਗੁਰਦੁਆਰਾ ਸਾਹਿਬ ਦਾ ਰੂਪ ਹੈਗੇ ਹਾਂ ਸੋ ਉਹ ਗੁਰਦੁਆਰੇ ਸਾਹਿਬ ਦਾ ਜਿਹੜਾ ਅਸਲ ਰੂਪ ਆ ਉਹ ਬਹਾਲ ਕਰਨਾ ਚਾਹੀਦਾ ਸਾਨੂੰ ਸਾਡੇ ਉੱਥੇ ਸਿਰਫ ਮਹਾਰਾਜ ਦੇ ਪ੍ਰਕਾਸ਼ ਤੋਂ ਬਿਨਾਂ ਹੁਣ ਬਹੁਤੇ ਥਾਵਾਂ 'ਤੇ ਬਾਕੀ ਗੱਲਾਂ ਨਹੀਂ ਰਹਿ ਗਈਆਂ ਜਿਹੜੀਆਂ ਆਪਾਂ ਗਿਣੀਆਂ ਹੈ ਨਾ ਹਰੇਕ ਬੰਦਾ ਸਿੱਖੀ ਦੀ ਪਰਿਭਾਸ਼ਾ ਆਪਣੇ ਦਿਮਾਗ ਦੇ ਹਿਸਾਬ ਨਾਲ ਦੂਸਰੇ ਬੰਦੇ ਨੂੰ ਦਿੰਦਾ ਭਾਵੇਂ ਕੋਈ ਸੰਪਰਦਾ ਲਾ ਲਓ ਭਾਵੇਂ ਕੋਈ ਲਾ ਲਓ ਭਾਵੇਂ ਕੋਈ ਜਥੇਬੰਦੀ ਲਾ ਲਓ ਫਿਰ ਇਕੱਠ ਹੋ ਕਿਵੇਂ ਸਕਦਾ ਜਦੋਂ ਮੰਨ ਲਓ ਵਿਚਾਰਧਾਰਾ ਸਾਡੀ ਇੱਕ ਆ ਪਰ ਅਸੀਂ ਆਪਣੇ ਹਿਸਾਬ ਨਾਲ ਉਹਨੂੰ ਡਿਫਾਈਨ ਕਰਦੇ ਹਾਂ ਇੱਕ ਪਾਸੇ ਆਪਾਂ ਇਹ ਕਹਿੰਦੇ ਵੀ ਬੱਚੇ ਸਿੱਖੀ ਤੋਂ ਦੂਰ ਹੋ ਰਹੇ ਨੇ ਦੂਜੇ ਪਾਸੇ ਇਹ ਗੱਲ ਜ਼ਰੂਰੀ ਹੈਗੀ ਹੈ ਅੱਜ ਦੇ ਸਮੇਂ 'ਚ ਵੀ ਹਰੇਕ ਪਿੰਡ ਦੇ ਵਿੱਚ 20-25-50-100 ਵੱਡੇ ਪਿੰਡਾਂ 'ਚ 150-200 ਤੱਕ ਵੀ ਬੱਚੇ ਬੱਚੀਆਂ ਹੈਗੇ ਆ ਜਿਹੜੇ ਬਾਣੀ ਪੜ੍ਹਨਾ ਚਾਹੁੰਦੇ ਕਿਸੇ ਵੀ ਪਿੰਡ ਆਪਾਂ ਜਾ ਕੇ ਹੋਕਾ ਦੇਈਏ ਉੱਥੇ ਬੱਚੇ ਆ ਜਾਣਗੇ ਪਰ ਉਹਨਾਂ ਨੂੰ ਸਾਂਭਣ ਵਾਲਾ ਕੋਈ ਬਹੁਤਾ ਉਪਰਾਲਾ ਨਹੀਂ ਹੋ ਰਿਹਾ ਸਾਡੇ ਲਈ ਏਡਾ ਵੱਡਾ ਉਤਸ਼ਾਹ ਦਾ ਪ੍ਰੇਰਨਾ ਦਾ ਸਰੋਤ ਪਿਆ ਵੀ ਇਹ ਉਹ ਜਗ੍ਹਾ ਹੈ ਉਹ ਥਾਂ ਹੈ ਜਿੱਥੇ ਗੁਰੂ ਪਾਤਸ਼ਾਹ ਨੇ ਆਪਣੀ ਬਖਸ਼ਿਸ਼ ਨਾਲ ਭਾਈ ਮਨੀ ਸਿੰਘ ਤੋਂ ਸਾਰੀ ਬਾਣੀ ਲਿਖਵਾਈ ਅਤੇ ਇਸ ਜਗ੍ਹਾ ਨੂੰ ਗੁਰੂ ਕਾਸ਼ੀ ਦਾ ਵਰ ਦਿੱਤਾ ਸਾਨੂੰ ਇਸ ਅਹਿਸਾਸ ਨਾਲ ਆਉਣਾ ਚਾਹੀਦਾ ਵੀ ਇੱਥੇ ਤਾਂ ਇੱਥੇ ਦੇ ਜਰੇ ਜਰੇ ਦੇ ਵਿੱਚ ਗੁਰੂ ਪਾਤਸ਼ਾਹ ਦਾ ਉਪਦੇਸ਼ ਪੈ ਬਾਣੀ ਸਾਰਾ ਕੁਛ ਗੁਰੂ ਦੀਆਂ ਬਖਸ਼ਿਸ਼ਾਂ ਪਈਆਂ ਨੇ ਸਤਿ ਸ਼੍ਰੀ ਅਕਾਲ ਪ੍ਰੋ ਪੰਜਾਬ ਟੀਵੀ 'ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਰਾਜਵੀਰ ਸਿੰਘ ਵਿਸਾਖੀ ਦਾ ਪਵਿੱਤਰ ਤਿਉਹਾਰ ਹੈ ਜਿਹੜਾ ਚੱਲ ਰਿਹਾ ਹੈ 1699 ਦੀ ਵਿਸਾਖੀ ਨੂੰ ਗੁਰੂ ਸਾਹਿਬ ਨੇ ਖਾਲਸਾ ਸਾਜਿਆ ਸੀ ਜਿਸ ਤੋਂ ਬਾਅਦ ਖਾਲਸਾ ਸਾਜਨਾ ਦਿਵਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤਿਉਹਾਰ ਤਾਂ ਸਾਡੇ ਨਾਲ ਬਾਈ ਮਲਕੀਤ ਸਿੰਘ ਹੋਰੀ ਨੇ ਇਹਨਾਂ ਤਿਉਹਾਰਾਂ ਦਾ ਇਹਨਾਂ ਮੇਲਿਆਂ ਦਾ ਅਸਲ ਮਕਸਦ ਕੀ ਹੈ ਕਿਸ ਹਿਸਾਬ ਨਾਲ ਇਹ ਮਨਾਉਣੇ ਚਾਹੀਦੇ ਨੇ ਰਵਾਇਤ ਕੀ ਸੀਗੀ ਅਤੇ ਅਸੀਂ ਕਿੱਥੇ ਪਹੁੰਚ ਗਏ ਅੱਜ ਗੱਲਬਾਤ ਕਰਾਂਗੇ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਜਿਵੇਂ ਗੁਰੂ ਸਾਹਿਬ ਨੇ 1699 ਦੀ ਵਿਸਾਖੀ ਨੂੰ ਖਾਲਸਾ ਸਾਜਿਆ ਉਸ ਤੋਂ ਬਾਅਦ ਗੁਰੂ ਸਾਹਿਬਾਨ ਨੇ ਭਾਵੇਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਹੋਇਆ ਸੀ ਹੈ ਨਾ ਉਸ ਤੋਂ ਬਾਅਦ ਗੁਰਮਤਾ ਹੋਇਆ ਤਾਂ ਇੱਥੇ ਮਨਾਉਣ ਲੱਗੇ ਤਾਂ ਇਹਨਾਂ ਤਿਉਹਾਰਾਂ ਦਾ ਅਸਲ ਮਕਸਦ ਕੀ ਰਵਾਇਤ ਕੀ ਹੈ ਅਤੇ ਅੱਜ ਅਸੀਂ ਕਿੱਥੇ ਪਹੁੰਚ ਚੁੱਕੇ ਹਾਂ ਦੇਖੋ ਖਾਲਸਾ ਸਾਜਨਾ ਦਿਵਸ ਅਕਾਲ ਪੁਰਖ ਵਾਹਿਗੁਰੂ ਦੀ ਮੌਤ 'ਚ ਖਾਲਸਾ ਪ੍ਰਗਟ ਹੋਇਆ ਅਤੇ ਉਹ ਕਾਫੀ ਸਾਲਾਂ ਤੋਂ ਹੀ ਹੁਣ ਇੱਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮਨਾਇਆ ਜਾਂਦਾ ਅਤੇ ਸੰਗਤਾਂ ਵੱਖ ਵੱਖ ਪਿੰਡਾਂ ਸ਼ਹਿਰਾਂ ਤੋਂ ਇੱਥੇ ਪਹੁੰਚਦੀਆਂ ਹਨ ਸੋ ਕੋਈ ਵੀ ਦਿਹਾੜਾ ਸਿੱਖ ਨੇ ਆਪਣੇ ਇਤਿਹਾਸ ਨੂੰ ਗੁਰੂ ਸਾਹਿਬਾਨ ਨੂੰ ਉਹਨਾਂ ਦੇ ਸੰਬੰਧ 'ਚ ਚਾਹੇ ਉਹਨਾਂ ਦੇ ਪ੍ਰਕਾਸ਼ ਦਿਹਾੜੇ ਆ ਸ਼ਹੀਦੀ ਦਿਹਾੜੇ ਆ ਜਾਂ ਗੁਰੂ ਸਾਹਿਬਾਨਾਂ ਦੇ ਬਹੁਤ ਨੇੜਲੇ ਸਿੱਖਾਂ ਦੇ ਜਾਂ ਉਸ ਰਾਹ 'ਤੇ ਚੱਲਣ ਵਾਲੇ ਸਿੱਖਾਂ ਦੇ ਸ਼ਹੀਦੀ ਦਿਹਾੜੇ ਆ ਉਹਨੂੰ ਪੰਥ ਇਸੇ ਤਰ੍ਹਾਂ ਸੰਗਤੀ ਰੂਪ 'ਚ ਇਕੱਤਰ ਹੋ ਕੇ ਮਨਾਉਂਦਾ ਕਿਸੇ ਵੀ ਦਿਹਾੜੇ ਨੂੰ ਯਾਦ ਕਰਨਾ ਉਹਦੀ ਮਹੱਤਤਾ ਇਹੀ ਹੁੰਦੀ ਕਿ ਜੋ ਵਾਪਰਿਆ ਹੈ ਨਾ ਉਹ ਕੀ ਸੀ ਉਹ ਸਮੇਂ ਗੁਰੂ ਸਾਹਿਬਾਨ ਦਾ ਜਾਂ ਸਾਡੇ ਉਹਨਾਂ ਮਹਾਨ ਸ਼ਖਸੀਅਤਾਂ ਦਾ ਕਿਸ ਤਰ੍ਹਾਂ ਦਾ ਅਮਲ ਸੀ ਅਤੇ ਅਸੀਂ ਵਰਤਮਾਨ 'ਚ ਅਤੇ ਭਵਿੱਖ 'ਚ ਜਦੋਂ ਇਹ ਜੀ ਕੋਈ ਹਾਲਾਤ ਬਣਨੇ ਆ ਅਸੀਂ ਉਹ 'ਤੇ ਕਿਸ ਤਰ੍ਹਾਂ ਰਿਐਕਟ ਕਰਨਾ ਕੀ ਅਮਲ ਕਰਨਾ ਉਹਦੀ ਸਾਰੀ ਸੇਧ ਸਾਨੂੰ ਪਿੱਛੇ ਆਪਣੇ ਇਤਿਹਾਸ 'ਚੋਂ ਗੁਰੂ ਸਾਹਿਬਾਨ ਦੇ ਜੀਵਨ 'ਚ ਹੀ ਮਿਲਣੀ ਹੈ ਨਾ ਸੋ ਉਸ ਪ੍ਰਥਾਈ ਇੱਕ ਤਾਂ ਪਹਿਲਾ ਮੁੱਢਲਾ ਇਹੀ ਹੈ ਕਿ ਸਿੱਖ ਨੇ ਗੁਰੂ ਸਾਹਿਬਾਨ ਨੂੰ ਜਾਂ ਉਹਨਾਂ ਸ਼ਖਸੀਅਤਾਂ ਨੂੰ ਯਾਦ ਕਰਨਾ
ਉਹਨਾਂ ਦੇ ਅਮਲ ਚੋਂ ਉਹਨਾਂ ਦੇ ਸਾਰੇ ਇਤਿਹਾਸ ਚੋਂ ਸਾਨੂੰ ਕੀ ਸੇਧ ਮਿਲਦੀ ਉਹ ਲੈਣਾ ਅਤੇ ਸੰਗਤੀ ਰੂਪ 'ਚ ਛੋਟੇ ਛੋਟੇ ਜਥਿਆਂ ਦੇ ਰੂਪ 'ਚ ਇਹਨਾਂ ਦਿਹਾੜਿਆਂ ਰਾਹੀਂ ਇੱਕ ਸਬੱਬ ਬਣਦਾ ਜਦੋਂ ਪੰਥ ਇਕੱਠਾ ਹੁੰਦਾ ਹੈ ਨਾ। ਸੋ ਇਕੱਤਰ ਹੋ ਕਰਕੇ ਵਿਚਾਰਾਂ ਕਰਨੀਆਂ ਸੰਗਤੀ ਰੂਪ 'ਚ, ਨਾਮ ਸਿਮਰਨ ਅਭਿਆਸ ਕਰਨਾ, ਵਿਚਾਰਾਂ ਕਰਨੀਆਂ, ਵਿਚਾਰਾਂ 'ਚ ਫਿਰ ਜੋ ਚੱਲ ਰਿਹਾ ਮੌਜੂਦਾ ਜਾਂ ਜੋ ਭਵਿੱਖ ਦਾ ਤੁਹਾਡੀ ਕੋਈ ਤੁਸੀਂ ਨੀਤੀ ਤੈਅ ਕਰਨੀ ਹੈ ਨਾ, ਉਹ ਵਿਚਾਰਾਂ ਕਰਕੇ, ਵਿਚਾਰਾਂ 'ਚ ਹੀ ਕੋਈ ਰਾਹ ਲੱਭਣਾ ਹੁੰਦਾ ਅਗਲਾ, ਉਹ ਸਾਡਾ ਅਸਲ ਤਰੀਕਾਕਾਰ ਹੈ। ਤਾਂ ਪਰ ਹੁਣ ਸਮੇਂ ਦੇ ਸਾਰੇ ਵਹਾਅ ਦੇ ਨਾਲ ਸੋਸ਼ਲ ਮੀਡੀਆ ਦਾ ਜਾਂ ਹੋਰ ਸਾਰਾ ਪ੍ਰਭਾਵ ਵਧਣ ਕਰਕੇ ਸਹਿਜ ਸਹਿਜ ਦਾ ਇੱਕਦਮ ਨਹੀਂ ਕੋਈ ਵਿਗਾੜ ਆਉਂਦਾ ਹੁੰਦਾ, ਤੁਹਾਨੂੰ ਸਮਾਂ ਲੱਗਦਾ। ਤੋ ਸਮਾਂ ਬੀਤਿਆ ਅਤੇ ਅੱਜ ਉਹ ਜਿਹੜਾ ਮਿਲ ਬੈਠ ਕੇ ਵਿਚਾਰਾਂ ਕਰਨ ਵਾਲਾ ਸਿਲਸਿਲਾ ਉਹ ਤਕਰੀਬਨ ਆਪਣੇ ਅਮਲ 'ਚੋਂ ਖਤਮ ਹੋ ਗਿਆ ਅਤੇ ਅਸੀਂ ਸਾਰਾ ਦਿਨ ਦਿਹਾੜੀ ਵਿਚਾਰਾਂ ਇਸ ਸੋਸ਼ਲ ਮੀਡੀਆ 'ਤੇ ਕਰਦੇ ਰਹਿੰਦੇ ਹਾਂ। ਸੋ ਜਿਹਦੇ ਕਰਕੇ ਅਸੀਂ ਮਿਲ ਨਹੀਂ ਰਹੇ, ਸਾਨੂੰ ਆਪਸ 'ਚ ਸਾਡੀ ਕੋਈ ਸਾਂਝੀ ਰਾਏ ਵਾਲਾ ਅਮਲ ਨਹੀਂ ਬਣ ਪਾ ਰਿਹਾ, ਉਹਦੇ ਕਰਕੇ ਵਖਰੇਵੇਂ ਵੱਧ ਰਹੇ। ਸੋ ਇਹ ਇੱਕ ਮੋਟੇ ਜਿਹੇ ਰੂਪ 'ਚ ਤਾਂ ਇੱਕ ਇਹ ਵਰਤਾਰਾ ਹੈਗਾ, ਬਾਕੀ ਆਪਾਂ ਇਹਨੂੰ ਤੋਰ ਲੈਂਦੇ ਗੱਲ ਨੂੰ। ਜਿਵੇਂ ਤੁਸੀਂ ਕਿਹਾ ਸਿੱਖੀ ਗੁਰੂ ਸਾਹਿਬ ਨੇ ਰਵਾਇਤ ਬਖਸ਼ੀ ਸੀ, ਤਾਂ ਅਜੋਕੇ ਦੌਰ ਦੇ ਵਿੱਚ ਜੇ ਗੱਲ ਕਰੀਏ ਬੜੀਆਂ ਰਵਾਇਤਾਂ ਨੇ ਜਿਹੜੀਆਂ, ਅਜੋਕੇ ਦੌਰ ਦੇ ਵਿੱਚ ਅਸੀਂ ਕਿੱਧਰ ਨੂੰ ਜਾ ਰਹੇ ਹਾਂ, ਉਹ ਰਵਾਇਤਾਂ ਨੇ ਜਿਹੜੀਆਂ ਖਤਮ ਹੋ ਰਹੀਆਂ ਨੇ, ਡੈਮੋਕ੍ਰੇਸੀ ਦੇ ਵਿੱਚ ਲਾ ਲਓ ਤੁਸੀਂ, ਭਾਵੇਂ ਜਿਵੇਂ ਮਰਜ਼ੀ ਲਾ ਲਓ, ਅੱਜ ਦੇ ਸਮੇਂ ਦੇ ਵਿੱਚ ਕਿਵੇਂ ਅਸੀਂ ਹਾਣੀ ਕਿਵੇਂ ਹੋ ਸਕਦੇ ਹਾਂ ਉਸ ਚੀਜ਼ ਦੇ ਸਮੇਂ ਦੇ? ਦੇਖੋ, ਗੁਰੂ ਨੇ ਜੋ ਰਾਹ ਦਿੱਤਾ, ਤਰੀਕਾ ਦਿੱਤਾ ਹੈ ਨਾ, ਸਿੱਖ ਦਾ ਤਾਂ ਸਦਾ ਹੀ ਇਹ ਯਤਨ ਕੋਸ਼ਿਸ਼ ਰਹਿਣੀ ਕਿ ਜੋ ਗੁਰੂ ਦਾ ਰਾਹ ਹੈ ਮੈਂ ਉੱਥੇ ਚੱਲਣਾ ਹੈ ਨਾ। ਸੋ ਉਹ ਕਦੇ ਵੀ ਸਮੇਂ ਦੇ ਗੇੜ 'ਤੇ ਨਹੀਂ ਆ ਸਕਦੀ। ਹਾਂ, ਉਹ ਕੁਛ ਸਮੇਂ ਲਈ ਤੁਹਾਡੇ 'ਤੇ ਕਿਹੜੀ ਚੀਜ਼ ਕਿੰਨੀ ਹਾਵੀ ਆ, ਕੀ ਪ੍ਰਭਾਵ ਛੱਡ ਰਹੀ, ਉਹ ਹੈ ਨਾ। ਸੋ ਉਹ ਸਾਰੇ ਮਾਹੌਲ ਕਰਕੇ ਹੀ ਹੁਣ ਜਿਹੜਾ ਇੱਥੋਂ, ਜਿਹੜੀ ਆਪਾਂ ਪਿੱਛੇ ਗੱਲ ਕੀਤੀ ਵੀ ਸਿੱਖ ਕਿਸ ਤਰ੍ਹਾਂ ਜੁੜ ਕੇ ਵਿਚਾਰਾਂ ਕਰਦੇ ਹੈ ਨਾ, ਉਹ ਸਾਰਾ ਮਾਹੌਲ ਫਿਰ ਜਿਸ ਬਿਰਤੀ ਨਾਲ ਆਪਾਂ, ਜਿਸ ਭਾਵਨਾ ਨਾਲ ਕਿਸ ਥਾਂ ਜਾਂਦੇ ਹਾਂ ਹੈ ਨਾ, ਉਹ ਚੀਜ਼ ਹਾਵੀ ਹੋ ਜਾਣੀ ਹੁੰਦੀ ਤੁਹਾਡੇ 'ਤੇ। ਫਿਰ ਉਹ ਜਿਹੜਾ ਸਾਰਾ ਆਲੇ ਦੁਆਲੇ ਕੁਛ ਚੀਜ਼ਾਂ ਜੋ ਨਹੀਂ ਸਾਡੀ ਪਰੰਪਰਾ ਅਨੁਸਾਰ ਸੀਗੀਆਂ ਉਹ ਹੋ ਰਹੀਆਂ ਹੈ ਨਾ, ਉਹ ਇਸੇ ਕਰਕੇ ਹੋ ਰਹੀਆਂ ਕਿ ਸਾਨੂੰ ਆਪਣਾ ਇੱਥੇ ਆਉਣ ਦਾ ਮਕਸਦ ਨਹੀਂ ਪਤਾ ਚੱਲ ਰਿਹਾ, ਉਹ ਭਾਵਨਾ ਨਹੀਂ ਹੈ, ਕਿਉਂ ਆਉਣਾ ਚਾਹੀਦਾ, ਕੀ ਕਰਨਾ ਚਾਹੀਦਾ। ਉਹ ਅਗਲਾ ਅਮਲ ਤਾਂ ਉਹ 'ਚ ਹੀ ਕਰੈਕਟ ਹੋਣਾ ਨਾ, ਅਗਰ ਤੁਹਾਨੂੰ ਪਹਿਲਾਂ ਇਹ ਘਰੋਂ ਆਉਂਦਿਆਂ ਮਹਿਸੂਸ ਹੋਵੇਗਾ ਚੱਲੇ, ਹੁਣ ਅਸੀਂ ਇਹ ਸਾਰੇ ਦਿਹਾੜੇ ਤੋਂ ਕਰੀਬ 10 ਕੁ ਦਿਨ ਪਹਿਲਾਂ ਇੱਥੋਂ ਦੇ ਤਖ਼ਤ ਸਾਹਿਬ ਦੇ ਜਿਹੜੇ ਪ੍ਰਬੰਧਕ ਆ ਉਹਨਾਂ ਨੂੰ ਵੀ ਮਿਲੇ ਸੀਗੇ, ਅਤੇ ਇੱਥੋਂ ਦੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਨੂੰ ਵੀ ਮਿਲੇ ਸੀਗੇ। ਉਹਨਾਂ ਨੂੰ ਅਸੀਂ ਸੁਝਾਅ ਪੱਤਰ ਆਪਦੇ ਵੱਲੋਂ ਦਿੱਤੇ ਸੀਗੇ, ਜਿਹਦੇ 'ਚ ਕਿ ਇੱਥੇ ਪ੍ਰਸ਼ਾਸਨ ਵੱਲੋਂ ਕਰਨ ਵਾਲੇ ਕਿਹੜੇ ਕਾਰਜ ਅਤੇ ਤਖ਼ਤ ਸਾਹਿਬ ਦੇ ਸੇਵਾ ਸੰਭਾਲ ਅਧੀਨ ਇੱਥੇ ਕੀ ਕੁਛ ਕੀਤਾ ਜਾ ਸਕਦਾ ਹੈ ਨਾ, ਜੋ ਸਾਡੀ ਪਰੰਪਰਾ ਅਨੁਸਾਰ ਨਹੀਂ ਹੈ। ਸੋ ਉਹਦੇ 'ਚ ਸਾਰੀਆਂ ਗੱਲਾਂ ਅਸੀਂ ਲਿਖਤੀ ਰੂਪ 'ਚ ਪਹਿਲਾਂ ਹੀ ਦਿੱਤੀਆਂ ਸੀਗੀਆਂ, ਅਤੇ ਉਹ ਪਰ ਠੀਕ ਹੈ, ਸਮਾਂ ਲੱਗਣਾ ਹੁੰਦਾ। ਅਸੀਂ ਜੋ ਵੀ ਯਤਨ ਸਾਰੇ ਸਿੱਖਾਂ ਨੂੰ ਹੀ ਰਲ ਮਿਲ ਕੇ ਕਰਨੇ ਚਾਹੀਦੇ, ਜੋ ਨਹੀਂ ਠੀਕ ਹੋ ਰਿਹਾ ਉਹਨੂੰ ਵੱਧ ਪ੍ਰਚਾਰਨ ਦੀ ਬਜਾਏ ਉਹਨੂੰ ਠੀਕ ਕਿੱਦਾਂ ਕਰਨਾ ਉਹ ਅਮਲ ਕਰਨਾ ਚਾਹੀਦਾ, ਜੋ ਠੀਕ ਹੋ ਰਿਹਾ ਉਹ ਪ੍ਰਚਾਰਨਾ ਚਾਹੀਦਾ। ਮੈਨੂੰ ਤਾਂ ਇੰਨੀ ਇਸ ਹਿਸਾਬ ਨਾਲ ਸਮਝ ਬਣਦੀ। ਜਿਵੇਂ ਤੁਸੀਂ ਕਿਹਾ ਜੋ ਨਹੀਂ ਠੀਕ ਹੋ ਰਿਹਾ ਉਸਨੂੰ ਭੰਡਣਾ ਘੱਟ ਚਾਹੀਦਾ, ਉਹਨੂੰ ਸਹੀ ਕਰਨ ਦੇ ਲਈ ਸਾਨੂੰ ਉੱਦਮ ਕਰਨਾ ਚਾਹੀਦਾ। ਮਤਲਬ ਅੱਜ ਦਾ ਸਮਾਂ ਜਿਹੜਾ 92% ਇਹੀ ਚੀਜ਼ ਚੱਲ ਰਹੀ ਆ, ਜਿਹੜੀ ਚੀਜ਼ ਚੱਲ ਰਹੀ ਆ ਉਹਨੂੰ ਭੰਡਣਾ, ਉਹਦਾ ਜਿਹੜਾ ਅਲਟਰਨੇਟ ਆ ਉਹ ਨਹੀਂ ਕੋਈ ਦੇ ਰਿਹਾ, ਉਹ ਕਿਵੇਂ ਆ ਸਕਦਾ? ਦੇਖੋ, ਉਹ ਸਾਡੇ ਅਮਲ 'ਚ ਹੀ ਆਉਣਾ, ਅਤੇ ਉਹ ਹਰ ਇੱਕ ਦੇ ਇਕੱਲੇ ਇਕੱਲੇ ਇੰਡੀਵਿਜੁਅਲੀ ਕਰਨ ਵਾਲਾ ਇਹ ਹੈਗਾ ਮਸਲਾ। ਅਤੇ ਅਸੀਂ ਜਿਸ ਤਰ੍ਹਾਂ ਦੇ ਮਾਹੌਲ 'ਚ ਰਹਿੰਦੇ ਹਾਂ, ਜਿੱਥੇ ਸਮਾਂ ਵੱਧ ਬਤੀਤ ਕਰਦੇ ਹਾਂ, ਉਹਦਾ ਅਸਰ ਤਾਂ ਕਬੂਲਣਾ ਹੁੰਦਾ। ਇਸੇ ਕਰਕੇ ਮਹਾਰਾਜ ਨੇ ਸੰਗਤ ਨੂੰ ਵੱਡਾ ਕਿਹਾ ਹੈ ਨਾ, ਸੰਗਤ 'ਚ ਹੀ ਸਭ ਕੁਛ ਆਪਣਾ ਅਮਲ ਕਰੈਕਟ ਹੋਣਾ ਹੁੰਦਾ। ਸੋ ਅਸੀਂ ਕਿਸ ਤਰ੍ਹਾਂ ਦੀ ਸੰਗਤ ਮਾਣ ਰਹੇ ਹਾਂ, ਉਹ ਮਤਲਬ ਜਿਹਦੇ ਵੀ ਅੰਦਰ ਇਹ ਸਵਾਲ ਬਣਦਾ ਕਿ ਇਹਨੂੰ ਇਹ ਕਿਸ ਤਰ੍ਹਾਂ ਠੀਕ ਹੋਣਾ। ਸੋ ਹੱਲ ਇੱਕ ਸਾਡੇ ਪਿੱਛੇ ਇਤਿਹਾਸ ਜਿਹੜੀ ਸ਼ੁਰੂ 'ਚ ਗੱਲ ਕਰੀ, ਉੱਥੇ ਪਏ ਸਾਰੇ ਹੱਲ ਹੈ ਨਾ, ਗੁਰਬਾਣੀ 'ਚ ਪਏ, ਗੁਰ ਇਤਿਹਾਸ 'ਚ ਪਏ, ਅਤੇ ਅਸੀਂ ਆਪਦੀ ਪੜਚੋਲ ਉੱਥੇ ਖੜ ਕੇ ਕਰਨੀ ਕਿ ਅਸੀਂ ਆਪਦਾ ਵੱਧ ਸਮਾਂ ਕਿੱਦਾਂ ਦੇ ਕਾਰਜਾਂ 'ਚ ਲਾ ਰਹੇ ਅਤੇ ਕਿਸ ਤਰ੍ਹਾਂ ਦੀ ਸੰਗਤ ਕਰ ਰਹੇ ਹਾਂ। ਸੋ ਜਿੱਦਾਂ ਦੇ ਕਾਰਜਾਂ 'ਚ, ਜਿਸ ਤਰ੍ਹਾਂ ਦੀ ਸੰਗਤ 'ਚ ਆਪਾਂ ਰਹਿ ਰਹੇ ਹਾਂ, ਉਹਦਾ ਅਸਰ ਉੱਦਾਂ ਹੀ ਹੋਣਾ। ਤੁਸੀਂ ਜਿਹੜੇ ਇਹਦੇ ਅਲਟਰਨੇਟ ਇਹਦਾ ਹੱਲ ਕਿਹਾ, ਉਹ ਸਾਡੇ ਉੱਦਮ 'ਚ ਪਿਆ, ਸਾਡੇ ਅਮਲ 'ਚ ਪਿਆ ਹੈ ਨਾ। ਜੇ ਅਸੀਂ ਇੱਧਰ ਨੂੰ ਉੱਦਮ ਕਰਾਂਗੇ, ਅਮਲ ਕਰਾਂਗੇ, ਤਾਂ ਚਲੋ ਮੈਂ ਨਹੀਂ ਕਹਿੰਦਾ ਇੱਕ ਸਾਲ 'ਚ ਹੀ ਸਭ ਕੁਛ ਠੀਕ ਹੋ ਜਾਣਾ, ਪਰ ਇਹ ਬਿਹਤਰ ਹੋ ਜਾਣਾ। ਪਰ ਇਹ ਹੁਣ ਇਹ ਵੀ ਨਾਲ ਮੇਰੀ ਬੇਨਤੀ ਹੈ ਵੀ ਇਹ ਹੁਣ ਬਹੁਤ ਜ਼ਰੂਰੀ ਹੋ ਗਿਆ ਸਾਰਾ ਕੁਛ ਕਰੈਕਟ ਕਰਨਾ। ਸੋ ਆਪਾਂ ਇੱਦੂ ਪਹਿਲਾਂ ਪਿੱਛੇ ਦਮਦਮਾ ਅਨੰਦਪੁਰ ਸਾਹਿਬ ਦਾ ਦੇਖਿਆ ਹੈ ਨਾ ਘਟਨਾ ਦਾ। ਸੋ ਇਹ ਸਾਰੀਆਂ ਥਾਵਾਂ 'ਤੇ ਜਿੱਥੇ ਵੱਡੇ ਪੱਧਰ 'ਤੇ ਇਸ ਤਰ੍ਹਾਂ ਸੰਗਤਾਂ ਦੇ ਇਕੱਤਰ ਹੁੰਦੇ ਆ, ਸਮਾਗਮ ਹੁੰਦੇ, ਉੱਥੇ ਸਾਰਿਆਂ ਨੂੰ ਹੀ ਇਹਦੇ ਪ੍ਰਤੀ ਠੀਕ ਕਰਨ ਦੇ ਅਮਲ ਕਰਨੇ ਚਾਹੀਦੇ। ਛੋਟੇ ਛੋਟੇ ਜਥੇ ਸਾਰੇ ਪਿੰਡਾਂ ਸ਼ਹਿਰਾਂ 'ਚ ਹੁੰਦੇ,
ਜੋ ਕਿਸੇ ਵੀ ਤਰ੍ਹਾਂ ਦੀ ਸੇਵਾ ਕਰ ਰਹੇ ਹੁੰਦੇ ਉਹਨਾਂ ਨੂੰ ਸਾਂਝੇ ਰੂਪ 'ਚ ਮਿਲ ਬੈਠ ਕੇ ਸਾਰਾ ਮਸਲਾ ਵਿਚਾਰਨਾ ਚਾਹੀਦਾ। ਅਸੀਂ ਇਹ ਤੋਂ ਪਹਿਲਾਂ ਪਿੱਛੇ ਮਸਤੂਆਣਾ ਸਾਹਿਬ ਜਨਵਰੀ ਦੇ ਵਿੱਚ ਸਾਡੇ ਕਾਫੀ ਵੱਡਾ ਇਕੱਠ ਹੁੰਦਾ ਉੱਥੇ ਸੰਤ ਤਤਰ ਸਿੰਘ ਹੋਣਾਂ ਦੀ ਯਾਦ 'ਚ, ਸੋ ਉੱਥੇ ਵੀ ਇਹ ਜਦੋਂ ਸਾਰਾ ਸਿਲਸਿਲਾ ਉਦੋਂ ਅਨੰਦਪੁਰ ਸਾਹਿਬ ਵਾਲੀ ਘਟਨਾ ਹਲੇ ਵਾਪਰੀ ਨਹੀਂ ਸੀ ਹੈ ਨਾ, ਉਦੋਂ ਵੀ ਇਸ ਗੱਲ ਦਾ ਅੰਦਾਜ਼ਾ ਲਾਇਆ ਸੀ ਅਤੇ ਉੱਥੇ ਜਿੰਨੇ ਕੁ ਸੰਗਤਾਂ ਛੋਟੇ ਜਥੇ ਆਏ ਸੀ ਸਾਰਿਆਂ ਨੇ ਬੈਠ ਕੇ ਵਿਚਾਰ ਕਰੀ ਸੀ ਅਤੇ ਉਹਦੇ ਹੱਲ ਲਈ ਅੱਗੇ ਇੱਕ ਸਾਂਝੀ ਰਾਏ ਬਣਾਈ ਸੀ ਜੋ ਅਸੀਂ ਅਗਲੇ 3-4 ਮਹੀਨਿਆਂ ਤੋਂ ਬਾਅਦ ਅਗਲੀ ਜਨਵਰੀ ਤੋਂ ਪਹਿਲਾਂ ਅਸੀਂ 5-4 ਮਹੀਨੇ ਉਹ ਸਾਰੇ 'ਤੇ ਲਾਉਣੇ ਆ। ਸੋਚ ਮਹਾਰਾਜ ਕਿੰਨੀ ਕੁ ਸਫਲਤਾ ਬਖਸ਼ਦੇ ਉਹ ਭਵਿੱਖ 'ਚ, ਪਰ ਆਪਾਂ ਸਾਰਿਆਂ ਨੂੰ ਇਹ ਸਾਰੇ ਨੂੰ ਠੀਕ ਕਰਨ ਦੇ ਲਈ ਔਰ ਠੀਕ ਕਿਸੇ ਰੌਲੇ ਰੱਪੇ ਰਾਹੀਂ ਕਲੇਸ਼ ਰਾਹੀਂ ਨਹੀਂ, ਉਹ ਮਿਲ ਬੈਠ ਕੇ ਹੀ, ਬਹੁਤਿਆਂ ਨੂੰ ਪਤਾ ਹੀ ਨਹੀਂ ਹੁੰਦਾ ਅਸੀਂ ਕਿਸ ਕਾਰਜ 'ਚ ਜਾ ਰਹੇ ਹਾਂ ਕਿ ਉੱਥੇ ਕਿੱਦਾਂ ਜਾਣਾ। ਸੋ ਪਿੰਡਾਂ ਪਿੰਡਾਂ 'ਚ ਸ਼ਹਿਰਾਂ ਸ਼ਹਿਰਾਂ 'ਚ ਜਾ ਕੇ ਜਿਹੜੀਆਂ ਲੰਗਰ ਕਮੇਟੀਆਂ ਜਾਂ ਜਿੰਨੇ ਜਥੇ ਇੱਥੇ ਹੋਰ ਤਰ੍ਹਾਂ ਦੀ ਸੇਵਾ ਕਰਨ ਆਉਂਦੇ ਉਹ ਸਾਰਿਆਂ ਨਾਲ ਇੱਕ ਸਾਂਝੀ ਰਾਏ ਬਣਾ ਕੇ ਇਹਦੇ ਲਈ ਉੱਦਮ ਕਰਨੇ ਚਾਹੀਦੇ। ਸੋ ਜਿਹੜਾ ਤੁਹਾਡਾ ਸਵਾਲ ਸੀਗਾ ਉਹਦਾ ਅਲਟਰਨੇਟ ਤਾਂ ਇਹੀ ਹੈ ਕਿ ਉਹਦੇ ਲਈ ਇੱਕ ਤਾਂ ਉੱਦਮ ਕਰੀਏ ਇੰਡੀਵਿਜੁਅਲ ਲੈਵਲ 'ਤੇ ਜਿੰਨਾ ਕਰ ਸਕਦੇ ਹਾਂ, ਸੰਗਤੀ ਰੂਪ 'ਚ ਜਿੰਨਾ ਕਰ ਸਕਦੇ ਹਾਂ, ਦੂਜਾ ਸਾਨੂੰ ਇੱਥੇ ਸਾਡਾ ਰਵਾਇਤੀ ਮਾਹੌਲ ਕਿੱਦਾਂ ਬਣੇ ਉੱਦਾਂ ਦੇ ਯਤਨ ਕਰਨੇ ਚਾਹੀਦੇ, ਜਿੱਦਾਂ ਇੱਥੇ ਕਿਤਾਬਾਂ ਅਤੇ ਵਿਰਾਸਤੀ ਤਸਵੀਰਾਂ ਵਾਲਾ ਮਾਹੌਲ ਹੈਗਾ ਹੈ ਨਾ। ਸੋ ਜਿੰਨਾ ਕੁ ਸਾਡਾ ਸਾਡੇ ਸੱਭਿਆਚਾਰ ਦੇ ਸਾਡੇ ਇਤਿਹਾਸ ਦੇ ਨੇੜਲੀਆਂ ਚੀਜ਼ਾਂ ਇੱਥੇ ਆਪਾਂ ਕਿਸੇ ਵੀ ਰੂਪ 'ਚ ਉਪਲਬਧ ਕਰਾ ਸਕਦੇ ਹਾਂ ਜਾਂ ਇੱਥੇ ਉਸ ਤਰ੍ਹਾਂ ਦਾ ਮਾਹੌਲ ਸਿਰਜਣ 'ਚ ਕੋਈ ਯੋਗਦਾਨ ਪਾ ਸਕਦੇ ਹਾਂ, ਉਹ ਸਾਨੂੰ ਸਾਰਿਆਂ ਨੂੰ ਆਪੋ ਆਪਣੀ ਉਹਦੇ 'ਤੇ ਦੇਖਣਾ ਪੈਂਦਾ। ਕਿਹਾ ਗੁਰੂ ਸਾਹਿਬਾਨ ਨੇ ਹੁਕਮ ਦਿੱਤਾ ਸੀਗਾ ਵੀ ਸਿੰਘ ਨੇ ਜਿਹੜੇ ਉਹ ਆਪਣਾ ਤਾਂ ਪੜ੍ਹਨ ਹੀ ਪੜ੍ਹਨ, ਦੂਸਰੇ ਧਰਮਾਂ ਬਾਰੇ ਵੀ ਪੜ੍ਹਨ, ਹੈ ਨਾ, ਦੁਨੀਆਂ ਦਾ ਸਾਰਾ ਗਿਆਨ ਲੈਣ। ਇਸ ਧਰਤੀ ਨੂੰ ਵੀ ਆਪਾਂ ਗੁਰੂ ਕੀ ਕਾਸ਼ੀ ਕਹਿੰਦੇ ਹਾਂ। ਗੁਰੂ ਸਾਹਿਬਾਨ ਨੇ ਵਿੱਦਿਆ ਦਾ ਵਰ ਦਿੱਤਾ ਇੱਥੋਂ, ਇੱਕ ਓਅੰਕਾਰ ਤੋਂ 18-10-20 ਤੱਕ ਬਾਣੀ ਹੈ ਜਿਹੜੀ ਲਿਖਾਈ ਭਾਈ ਮਨੀ ਸਿੰਘ ਤੋਂ। ਤਾਂ ਜਿਹੜੀ ਜਿੰਨੀ ਇੱਥੇ ਸੰਗਤ ਆਉਂਦੀ ਆ, ਕਿੰਨਿਆਂ ਕੁ ਨੂੰ ਉਸ ਮਹੱਤਵ ਨਾਲ, ਜਿਹੜੇ ਮਹੱਤਵ ਨਾਲ ਆਉਣਾ ਚਾਹੀਦਾ ਇਸ ਧਰਤੀ ਦਾ, ਜਿੰਨਾ ਕੁ ਮਹੱਤਵ ਹੈ ਸੰਗਤਾਂ ਦੇ ਵਿੱਚ, ਘਾਟ ਉਸ ਚੀਜ਼ ਦੀ ਕਿਉਂ ਪਈ ਅਤੇ ਉਹ ਖਲਲ ਆ ਜਿਹੜਾ ਉਹ ਭਰਨ ਖਾਤਰ ਕੀ ਕੋਈ ਉਪਰਾਲਾ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਜਾਂ ਕੀ ਕਰਨਾ ਚਾਹੀਦਾ? ਦੇਖੋ ਉਹ ਤਾਂ ਹਰ ਸਿੱਖ ਨੂੰ ਕਰਨਾ ਚਾਹੀਦਾ ਅਤੇ ਉਹਦੇ ਲਈ ਆਪਣੀ ਪਹਿਲਾਂ ਪੜਚੋਲ ਕਰਨੀ ਚਾਹੀਦੀ, ਫਿਰ ਸਾਰੇ ਚੱਲ ਰਹੇ ਦੀ ਜਿਹੜੀ ਆਪਾਂ ਪਹਿਲਾਂ ਗੱਲ ਕਰੀਏ ਤਾਂ ਹੱਲ ਤਾਂ ਉੱਥੇ ਹੀ ਪਿਆ, ਸਾਰੀਆਂ ਗੱਲਾਂ ਦਾ ਮੁੜ ਮੁੜਾ ਕੇ ਹੱਲ ਤਾਂ ਉੱਥੇ ਹੀ ਆਉਣਾ ਕਿ ਉਹ ਜੋ ਵਾਪਰ ਰਿਹਾ ਹੈ ਨਾ, ਹੁਣ ਆਪਾਂ ਨੂੰ ਲੱਗ ਰਿਹਾ ਕਿ ਆਹ ਨਹੀਂ ਸਹੀ ਹੋ ਰਿਹਾ, ਜੋ ਮਹਾਰਾਜ ਨੇ ਦੱਸਿਆ ਉਹ ਸੰਸਾਰ ਨਹੀਂ ਹੋ ਰਿਹਾ ਹੈ ਨਾ, ਉਹਦੀਆਂ ਉਹਦੇ ਕਾਰਨ ਜਾਂ ਉਹਦੀਆਂ ਉਹ ਸਾਰੀਆਂ ਜਿਹੜੇ ਇਹਦੇ ਲੱਛਣ ਹੈ ਉਹ ਤਾਂ ਆਪਾਂ ਬਹੁਤ ਸਾਰੇ ਗਿਣ ਸਕਦੇ ਹਾਂ ਹੈ ਨਾ, ਪਰ ਉਹਦੇ ਹੱਲ ਵਾਲੇ ਪਾਸੇ ਹੀ ਆਪਾਂ ਨੂੰ ਜਾਣਾ ਪੈਣਾ। ਅਤੇ ਹੱਲ ਉਹ ਆਪਣੀ ਪਿਛਲੀ ਗੱਲ 'ਚ ਹੀ ਪਿਆ ਕਿ ਜਿਹੜਾ ਉਹ ਆਪਾਂ ਇਕੱਠੇ ਹੋ ਕੇ ਬੈਠ ਕੇ ਕੋਈ ਗੱਲ ਨਹੀਂ ਕਰ ਰਹੇ, ਸਾਡਾ ਰਾਬਤਾ ਟੁੱਟਿਆ ਹੋਇਆ, ਰਾਬਤਾ ਟੁੱਟਿਆ ਉਸ ਕਰਕੇ ਜਿਹਨੂੰ ਜੋ ਸਹੀ ਲੱਗ ਰਿਹਾ ਉੱਦਾਂ ਕਰ ਰਿਹਾ ਹੈ ਨਾ। ਸੋ ਉਹਦੇ ਚੱਕਰ 'ਚ ਹੀ ਇਹ ਹੈ ਵੀ ਸਾਡਾ ਅਸਲ ਮਹੱਤਵ ਕੀ ਸੀ, ਗੁਰੂ ਸਾਹਿਬ ਨੇ ਕੀ ਦੱਸਿਆ, ਉਹ ਸਾਡਾ ਉਹ ਸਾਰਿਆਂ ਦੀ ਆਪੋ ਆਪਣੀ ਵਿਆਖਿਆ ਹੀ ਬਣੀ ਪਈ ਹੈ ਨਾ। ਸੋ ਮੈਂ ਤਾਂ ਉਹ ਤਾਲਮੇਲ ਵਾਲੀ ਗੱਲ 'ਤੇ ਵੱਧ ਜ਼ੋਰ ਦਊਂਗਾ ਤੁਹਾਨੂੰ ਕਿ ਉਹ ਇਹਦਾ ਸਾਰੇ ਜਿੰਨੀ ਮਸਲੇ ਆਪਣੇ, ਜਿੰਨੇ ਹੀ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਮਸਲਾ, ਉਹ ਸਾਡਾ ਮਿਲ ਬੈਠ ਕੇ ਤਾਲਮੇਲ ਕਰਨ ਵਾਲੀ ਹੱਲ ਹੋਣਾ। ਜਿਵੇਂ ਸਾਡੇ ਗੁਰਦੁਆਰਾ ਸਾਹਿਬ ਸੀਗੇ, ਪਿੰਡਾਂ ਦੀ ਤੁਸੀਂ ਗੱਲ ਕੀਤੀ ਹੈ ਨਾ, ਪਿੰਡਾਂ ਇੱਕ ਪਿੰਡ ਦੀ ਅਗਵਾਈ ਗੁਰਦੁਆਰਾ ਸਾਹਿਬ ਕਰ ਰਹੇ ਹੈ ਨਾ, ਅਤੇ ਗੁਰਦੁਆਰਾ ਸਾਹਿਬ ਸਾਡੇ ਹੁੰਦੇ ਸੀ ਜਿੱਥੇ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਹੁੰਦੀ, ਜਿੱਥੇ ਹਰ ਰੋਗੀ ਲਈ ਉਹਦੀ ਦਵਾਈ ਦਾ ਪ੍ਰਬੰਧ ਹੁੰਦਾ, ਜਿੱਥੇ ਹਰ ਭੁੱਖੇ ਦੇ ਲਈ ਲੰਗਰ ਹੁੰਦਾ, ਜਿੱਥੇ ਹਰ ਵਿਦਿਆਰਥੀ ਦੇ ਲਈ ਵਿਦਿਆਲਿਆ ਹੁੰਦਾ ਹੈ ਨਾ, ਜਿੱਥੇ ਕੋਈ ਰਾਹਗੀਰ ਆਇਆ ਉਹਦੇ ਰੁਕਣ ਲਈ ਉਹਦੇ ਥਾਂ ਉਹਦੇ ਸਰਾਂ ਦਾ ਉਹਦੇ ਠਾਹਰ ਦਾ ਪ੍ਰਬੰਧ ਹੁੰਦਾ, ਜਿੱਥੇ ਕੋਈ ਨਿਮਾਣਾ ਨਿਤਾਣਾ ਜਿਹਦੇ 'ਤੇ ਜ਼ੁਲਮ ਹੋ ਰਿਹਾ ਉਹਦੇ ਲਈ ਉਹ ਕਿਲ੍ਹਾ ਹੁੰਦਾ, ਉਹਨੂੰ ਪ੍ਰੋਟੈਕਟ ਕਰਦਾ ਹੈ ਨਾ। ਸੋ ਇਹ ਸਾਡੇ ਗੁਰਦੁਆਰੇ ਦਾ ਮਾਡਲ ਹੈ ਅਤੇ ਸਾਡੀ ਸਾਰੀ ਸਮੱਸਿਆਵਾਂ ਜਿਹੜੀਆਂ ਆਪਾਂ ਮਿਲ ਕਿਉਂਕਿ ਮਿਲ ਨਹੀਂ ਰਹੇ ਬੈਠ ਨਹੀਂ ਰਹੇ, ਉਹ ਮਹਾਰਾਜ ਨੇ ਸੰਗਤਾਂ ਬਣਾਈਆਂ, ਗੁਰੂ ਨਾਨਕ ਪਾਤਸ਼ਾਹ ਜਿੱਥੇ ਜਿੱਥੇ ਗਏ ਉਹ ਸੰਗਤਾਂ ਨੇ ਆਪਦੇ ਮਿਲ ਬੈਠਣ ਦੇ ਲਈ ਧਰਮਸ਼ਾਲਾ ਬਣਾਈਆਂ ਜੋ ਹੁਣ ਆਪਾਂ ਗੁਰਦੁਆਰਾ ਸਾਹਿਬ ਦਾ ਰੂਪ ਹੈਗੀ ਹੈ ਨਾ। ਸੋ ਉਹ ਗੁਰਦੁਆਰੇ ਸਾਹਿਬ ਦਾ ਜਿਹੜਾ ਅਸਲ ਰੂਪ ਆ ਉਹ ਬਹਾਲ ਕਰਨਾ ਚਾਹੀਦਾ ਸਾਨੂੰ ਸਾਡੇ ਉੱਥੇ, ਸਿਰਫ ਮਹਾਰਾਜ ਦੇ ਪ੍ਰਕਾਸ਼ ਤੋਂ ਬਿਨਾਂ ਹੁਣ ਬਹੁਤੇ ਥਾਵਾਂ 'ਤੇ ਬਾਕੀ ਗੱਲਾਂ ਨਹੀਂ ਰਹਿ ਗਈਆਂ ਜਿਹੜੀ ਆਪਾਂ ਗਿਣੀਆਂ ਹੈ ਨਾ, ਉਹ ਕਿੱਦਾਂ ਆਉਣ, ਉਹ ਹਰ ਇੱਕ ਪਿੰਡ ਦਾ ਗੁਰਦੁਆਰੇ ਦਾ ਸਾਰੀ ਸੰਗਤ ਪਿੰਡ ਦੀ ਰਲ ਕੇ ਸਾਰਾ ਬਹੁਤ ਸੌਖਾ ਕਰ ਸਕਦੀ ਹੈ ਨਾ, ਉਹ ਕਰਨਾ ਚਾਹੀਦਾ। ਉਹਦੇ ਨਾਲ ਸਾਡਾ ਸਾਰਾ ਮਾਡਲ ਹੀ ਉੱਥੇ ਪਿਆ ਹੈ ਨਾ, ਅਸੀਂ ਜਿਹੜਾ ਸਰਬੱਤ ਦੇ ਭਲੇ ਦਾ ਮਾਡਲ ਆ ਉਹ ਗੁਰਦੁਆਰੇ ਦੇ ਸਟਰਕਚਰ 'ਚ ਪਿਆ, ਅਤੇ ਉੱਥੇ ਹੀ ਸਾਨੂੰ ਜਿਹੜੇ ਸਾਡੇ ਪਿੰਡ ਦੇ ਮਸਲੇ ਆ, ਚਾਹੇ ਸਾਡੇ ਹੋਰ ਸਮਾਜ ਦੇ ਮਸਲੇ ਆ, ਚਾਹੇ ਸਾਡੇ ਕੋਈ ਸੱਭਿਆਚਾਰ ਦੇ ਮਸਲੇ ਆ, ਸਾਡੇ ਧਾਰਮਿਕ ਮਸਲੇ ਆ, ਉਸ ਗੁਰਦੁਆਰਾ ਸਾਹਿਬ ਦੇ ਅੰਦਰ ਹੱਲ ਹੁੰਦੇ, ਮਹਾਰਾਜ ਦੀ ਹਜ਼ੂਰੀ 'ਚ ਸੰਗਤ ਬੈਠ ਕੇ ਵਿਚਾਰਾਂ ਕਰਕੇ ਉਹਦੇ ਹੱਲ ਕਰਦੀ। ਸੋ ਸਾਨੂੰ ਜਿਹੜੀਆਂ ਦੁਨਿਆਵੀ ਹੋਰ ਕੋਰਟ ਕਚਹਿਰੀਆਂ ਨਾਲੇ ਚੱਕਰ ਦੀ ਬਜਾਏ ਸਾਨੂੰ ਆਪਦੇ ਸਾਰੇ ਮਸਲੇ ਗੁਰਦੁਆਰਾ ਸਾਹਿਬ 'ਚੋਂ ਹੱਲ ਕਰਨੇ ਚਾਹੀਦੇ।
ਸੋਚ ਜਿਹੜੀ ਆ ਸਾਰੇ ਆਪਣੇ ਸਵਾਲ ਬਣਦੇ ਹਨਾ ਛੋਟੀਆਂ ਛੋਟੀਆਂ ਚੀਜ਼ਾਂ ਦੇ ਇਹਦਾ ਹੱਲ ਉਹ ਸਾਰੇ ਹੱਲ ਹੀ ਉੱਥੇ ਪਏ ਆਪਣੇ ਮਿਲ ਕੇ ਬੈਠਣ ਦੀ ਗੱਲ ਕੀਤੀ ਆ ਵੀ ਮਿਲ ਕੇ ਬੈਠਣਾ ਚਾਹੀਦਾ ਗੁਰੂ ਸਾਹਿਬ ਨੇ ਬਖਸ਼ਿਆ ਹੈ ਨਾ ਬਚਨ ਵੀ ਆ ਗੁਰੂ ਸਾਹਿਬ ਦਾ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲੈ ਬੁਲਾਈ ਤਾਂ ਪਰ ਅੱਜ ਦੇ ਸਮੇਂ 'ਚ ਕੀ ਆ ਹਰੇਕ ਬੰਦਾ ਸਿੱਖੀ ਦੀ ਪਰਿਭਾਸ਼ਾ ਆਪਣੇ ਦਿਮਾਗ ਦੇ ਹਿਸਾਬ ਨਾਲ ਦੂਸਰੇ ਬੰਦੇ ਨੂੰ ਦਿੰਦਾ ਭਾਵੇਂ ਕੋਈ ਸੰਪਰਦਾ ਲਾ ਲਓ ਭਾਵੇਂ ਕੋਈ ਲਾ ਲਓ ਭਾਵੇਂ ਕੋਈ ਜਥੇਬੰਦੀ ਲਾ ਲਓ ਫਿਰ ਇਕੱਠ ਹੋ ਕਿਵੇਂ ਸਕਦਾ ਜਦੋਂ ਮੰਨ ਲਓ ਵਿਚਾਰਧਾਰਾ ਸਾਡੀ ਇੱਕ ਆ ਪਰ ਅਸੀਂ ਆਪਣੇ ਹਿਸਾਬ ਨਾਲ ਉਹਨੂੰ ਡਿਫਾਈਨ ਕਰਦੇ ਹਾਂ ਇਕੱਠ ਹੋਊਗਾ ਕਿਵੇਂ ਫਿਰ ਦੇਖੋ ਇਕੱਠੇ ਸਾਡੇ ਲਈ ਜਿਹੜੀ ਸਮਝਣ ਦੀ ਗੱਲ ਆ ਨਾ ਸਾਨੂੰ ਆਪਣੀ ਸਮਰੱਥਾ ਪਛਾਣਨੀ ਚਾਹੀਦੀ ਸਾਡੀ ਟੇਕ ਗੁਰੂ 'ਤੇ ਨਹੀਂ ਹੈ ਗੁਰੂ ਨੇ ਸੰਗਤ ਨੂੰ ਆਪਣੇ ਆਪ ਤੋਂ ਵੱਡਾ ਰੁਤਬਾ ਦਿੱਤਾ ਹੈ ਨਾ ਸਾਡੀ ਜਦੋਂ ਟੇਕ ਗੁਰੂ 'ਤੇ ਹੋਣੀ ਸਾਨੂੰ ਇਹ ਗੱਲ ਦਾ ਅਹਿਸਾਸ ਹੋਣਾ ਕਿ ਸੰਗਤ ਬਹੁਤ ਵੱਡੀ ਹੈ ਇਹਦੀ ਸਮਰੱਥਾ ਬਹੁਤ ਵੱਡੀ ਹੈ ਇਸ ਕਰਕੇ ਸਾਨੂੰ ਸੰਗਤਾਂ ਬਣਾਉਣੀਆਂ ਚਾਹੀਦੀਆਂ ਅਸੀਂ ਆਪਦੇ ਮਸਲਿਆਂ ਦੇ ਹੱਲ ਨਾ ਉੱਪਰੋਂ ਹੱਲ ਕਰਨਾ ਚਾਹੁੰਦੇ ਹਾਂ ਮੰਨ ਲਓ ਜਿਵੇਂ ਤੁਸੀਂ ਚਾਹੇ ਉਹ ਸੰਪਰਦਾਵਾਂ ਜਾਂ ਆਪਣੀਆਂ ਹੋਰ ਸੰਸਥਾਵਾਂ ਉਹ ਸਾਰੀਆਂ 'ਚ ਹੁਣ ਬਹੁਤ ਸਾਰੇ ਬਹੁਤ ਬਿਹਤਰ ਕੰਮ ਕਰ ਰਹੇ ਕੁਛ ਦਿਖਦੇ ਰੂਪ 'ਚ ਸਾਡੇ ਸਾਹਮਣੇ ਵੀ ਗੱਲਾਂ ਹੈਗੀਆਂ ਉਹ ਅਸੀਂ ਉੱਥੋਂ ਹੱਲ ਕਰਨਾ ਚਾਹੁੰਦੇ ਹਾਂ ਉਹ ਸਾਡੇ ਬਹੁਤੇ ਜਿਹੜਾ ਸਰਗਰਮ ਹਿੱਸਾ ਉਹਦੀ ਉਹੀ ਜਿਹੜੀ ਟੋਪ ਤੋਂ ਬੋਟਮ ਵਾਲੀ ਅਪਰੋਚ ਆ ਉਹ ਚੱਲ ਰਹੀ ਮਹਾਰਾਜ ਨੇ ਸੰਗਤ ਨੂੰ ਵੱਡਾ ਕਿਹਾ ਆਪਣੇ ਆਪ ਤੋਂ ਸੋ ਸਾਡੀ ਤਾਂ ਸੰਗਤ ਤੋਂ ਥੱਲੇ ਉੱਪਰ ਇਵੋਲਵ ਹੋਣੀ ਸਾਰੀ ਗੱਲ ਸੋ ਜਿਹੜੀਆਂ ਪਿੰਡਾਂ ਦੀਆਂ ਸੰਗਤਾਂ ਆ ਉਹ ਜਦੋਂ ਇਕੱਠੀਆਂ ਹੋਣ ਲੱਗ ਗਈਆਂ ਉਹਨਾਂ ਦੇ ਇੱਕ ਸਾਂਝੇ ਫੈਸਲੇ ਹੋਣ ਲੱਗ ਗਏ ਇੱਕ ਮਤ ਹੋਣ ਲੱਗ ਗਏ ਉਹ ਅਤੇ ਉਹ ਗੁਰਮਤਾ ਕਰਨ ਲੱਗ ਗਏ ਉੱਥੋਂ ਸਾਰੇ ਹੱਲ ਹੋਣੇ ਉੱਥੋਂ ਫਿਰ ਜਿਹੜੇ ਉੱਪਰ ਲਿਆ ਉਹਨਾਂ ਦਾ ਸਾਰਾ ਕੁਝ ਸੰਗਤ ਕਰਕੇ ਹੀ ਚੱਲ ਖੜਾ ਆ ਜੋ ਜਿੱਦਾਂ ਸੰਗਤ ਦੀ ਭਾਵਨਾ ਹੋਊ ਫਿਰ ਉੱਦਾਂ ਹੀ ਹੋਊਗਾ ਉਹ ਆਪਣੇ ਸਾਰੇ ਆ ਹੁਣ ਬਹੁਤ ਜ਼ਿਆਦਾ ਪਿੱਛੇ ਨਾ ਜਾਈਏ ਪਿੱਛੇ ਕਿਸਾਨੀ ਮੋਰਚਾ ਸਭ ਤੋਂ ਵੱਡੀ ਉਦਾਹਰਣ ਉਹ ਜਿੰਨਾ ਕੁਛ ਵਾਪਰਿਆ ਉਹ ਸੰਗਤ ਕਰਕੇ ਹੋਇਆ ਉਹ ਕਿਸੇ ਦੀ ਹੋਰ ਲੀਡਰ ਦੀ ਅਗਵਾਈ ਕਰਕੇ ਜਾਂ ਕਿਸੇ ਉਹਦੇ ਕਰਕੇ ਨਹੀਂ ਹੋਇਆ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਹਰ ਕਿਸੇ ਨੂੰ ਕਰਨਾ ਪਿਆ ਜਿੱਦਾਂ ਸੰਗਤ ਦਾ ਚਾਹੁੰਦੀ ਸੀ ਹੈ ਨਾ ਸੋ ਸਾਨੂੰ ਆਪਦੀ ਸਮਰੱਥਾ ਪਛਾਣ ਕੇ ਸੰਗਤੀ ਰੂਪ 'ਚ ਮਿਲ ਬੈਠ ਕੇ ਇਹ ਲੰਬਾ ਪ੍ਰੋਸੈਸ ਹੈ ਪਰ ਇਹ 'ਤੇ ਆਉਣਾ ਪੈਣਾ ਬਾਕੀ ਉਹ ਸਾਰੇ ਮਸਲੇ ਤਾਂ ਬਹੁਤ ਛੋਟੇ ਹੈ ਅਤੇ ਜੀ ਤਾਂ ਸਾਡੇ ਨਾਲ ਇੱਧਰ ਵੀ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਬਾਈ ਜੀ ਨਾਲ ਗੱਲ ਕਰ ਰਿਹਾ ਸੀ ਬਾਈ ਜੀ ਨੇ ਕਿਹਾ ਸੰਗਤੀ ਰੂਪ ਦੇ ਵਿੱਚ ਸਾਨੂੰ ਇਕੱਠੇ ਹੋ ਕੇ ਬਹਿਣਾ ਪੈਣਾ ਸੰਗਤ ਦੇ ਵਿੱਚੋਂ ਸਾਨੂੰ ਸੁਧਾਰ ਕਰਨਾ ਪੈਣਾ ਆਪਣੇ ਆਪ 'ਚ ਪਰ ਪਿੰਡਾਂ ਦੇ ਵਿੱਚ ਮਾਹੌਲ ਐਸਾ ਬਣਿਆ ਹੋਇਆ ਪਿੰਡਾਂ ਦੇ ਗੁਰੂ ਘਰਾਂ ਦੇ ਵਿੱਚ ਜਿਹੜੇ ਪਾਠੀ ਨੇ ਉਹਨਾਂ ਨੂੰ ਅਸੀਂ ਤਨਖਾਹੀਏ ਮੰਨਦੇ ਹਾਂ ਆਪਣੇ ਪ੍ਰਧਾਨ ਕੋਈ ਸ਼ਰਾਬ ਪੀਂਦਾ ਹੋਊਗਾ ਉਹਦਾ ਆ ਕੇ ਦਬਕਾ ਮਾਰੂਗਾ ਕ੍ਰਾਂਤੀ ਸਿੰਘ ਨੂੰ ਤਾਂ ਇਹ ਵੀ ਮਾਹੌਲ ਹੈ ਇਹ ਕਿਵੇਂ ਸਹੀ ਹੋ ਸਕਦਾ ਇਹਦਾ ਅਲਟਰਨੇਟਿਵ ਕੀ ਹੋ ਸਕਦਾ ਹਾਂਜੀ ਵਧੀਆ ਗੱਲ ਹੈ ਤੁਹਾਡੀ ਗ੍ਰੰਥੀ ਸਿੰਘ ਬਹੁਤ ਕੁਝ ਕਰ ਸਕਦੇ ਆ ਵਧੀਆ ਪ੍ਰਚਾਰ ਵੀ ਕਰ ਸਕਦੇ ਆ ਬੱਚਿਆਂ ਨੂੰ ਸੰਥਿਆ ਕਰਵਾ ਸਕਦੇ ਆ ਪ੍ਰਬੰਧਕਾਂ ਵੱਲੋਂ ਲੋੜੀਂਦਾ ਉਹਨਾਂ ਦਾ ਸਹਿਯੋਗ ਨਹੀਂ ਕੀਤਾ ਜਾ ਰਿਹਾ ਇਹ ਗੱਲ ਨਹੀਂ ਵਿਚਾਰੀ ਜਾ ਰਹੀ ਸਵਾਲ ਸਹੀ ਹੈ ਤੁਹਾਡਾ ਵੀ ਇਹ ਇੱਕ ਪਾਸੇ ਆਪਾਂ ਇਹ ਕਹਿੰਦੇ ਵੀ ਬੱਚੇ ਸਿੱਖੀ ਤੋਂ ਦੂਰ ਹੋ ਰਹੇ ਨੇ ਦੂਜੇ ਪਾਸੇ ਇਹ ਗੱਲ ਜ਼ਰੂਰੀ ਹੈ ਹੈਗੀ ਹੈ ਅੱਜ ਦੇ ਸਮੇਂ 'ਚ ਵੀ ਹਰੇਕ ਪਿੰਡ ਦੇ ਵਿੱਚ 20-25-100 ਵੱਡੇ ਪਿੰਡਾਂ 'ਚ 150-200 ਤੱਕ ਵੀ ਬੱਚੇ ਬੱਚੀਆਂ ਹੈਗੇ ਆ ਜਿਹੜੇ ਬਾਣੀ ਪੜ੍ਹਨਾ ਚਾਹੁੰਦੇ ਨੇ ਕਿਸੇ ਵੀ ਪਿੰਡ ਆਪਾਂ ਜਾ ਕੇ ਹੋਕਾ ਦੇਈਏ ਉੱਥੇ ਬੱਚੇ ਆ ਜਾਣਗੇ ਪਰ ਉਹਨਾਂ ਨੂੰ ਸਾਂਭਣ ਵਾਲਾ ਕੋਈ ਬਹੁਤਾ ਉਪਰਾਲਾ ਨਹੀਂ ਹੋ ਰਿਹਾ ਜੇ ਹੋਵੇ ਤਾਂ ਵਧੀਆ ਗੱਲ ਹੈ ਪ੍ਰਬੰਧਕਾਂ ਨੂੰ ਸਾਥ ਦੇਣਾ ਚਾਹੀਦਾ ਵਧੀਆ ਗ੍ਰੰਥ ਸਿੰਘ ਸੇਵਾਵਾਂ ਨਿਭਾਉਣ ਅਤੇ ਬਹੁਤ ਵੱਡਾ ਇਹ ਕਾਰਜ ਹੋਣਾ ਚਾਹੀਦਾ ਜ਼ਰੂਰ ਸਹਿਮਤ ਹੈ ਇਸ ਗੱਲ ਨਾਲ ਜੀ ਤਾਂ ਇਹ ਗੁਰੂ ਕੀ ਕਾਸ਼ੀ ਇਹ ਧਰਤੀ ਹੈ ਨਾ ਗੁਰੂ ਕੀ ਕਾਸ਼ੀ ਕਿਹਾ ਜਾਂਦਾ ਤਾਂ ਕੀ ਲੱਗਦਾ ਇੱਥੋਂ ਦਾ ਮਹੱਤਵ ਕੀ ਹੋਣਾ ਚਾਹੀਦਾ ਇੱਥੋਂ ਜਦੋਂ ਅਸੀਂ ਘਰੋਂ ਤੁਰਦੇ ਹਾਂ ਸਾਡੇ ਮਨ ਦੇ ਵਿੱਚ ਕੀ ਹੋਣਾ ਚਾਹੀਦਾ ਵੀ ਅਸੀਂ ਗੁਰੂ ਦੇ ਦਰ 'ਤੇ ਚੱਲੇ ਹਾਂ ਗੁਰੂ ਕੀ ਕਾਸ਼ੀ ਚੱਲੇ ਹਾਂਜੀ ਇਹ ਤਾਂ ਗੱਲ ਹੈ ਵੀ ਸਤਿਗੁਰਾਂ ਨੇ ਜਿੱਥੇ ਜਿੱਥੇ ਕੋਈ ਬਖਸ਼ਿਸ਼ਾਂ ਕੀਤੀਆਂ ਉਹਨਾਂ ਉੱਥੇ ਥਾਂ ਦਾ ਜਾਂ ਸਤਿਗੁਰਾਂ ਵੱਲੋਂ ਪਾ ਜੋ ਬਖਸ਼ਿਸ਼ ਕੀਤੀ ਉਹਦਾ ਆਪਣਾ ਇੱਕ ਆਭਾ ਮੰਡਲ ਹੁੰਦਾ ਪ੍ਰਭਾਵ ਹੁੰਦਾ ਇੱਥੇ ਗੁਰੂ ਪਾਤਸ਼ਾਹ ਨੇ ਸਾਰੀ ਬਾਣੀ ਲਿਖਵਾਈ ਭਾਈ ਮਨੀ ਸਿੰਘ ਤੋਂ ਜਿਹੜੇ ਕਿ ਐਡੇ ਵੱਡੇ ਵਿਦਵਾਨ ਨੇ ਉਹਨਾਂ ਨੂੰ ਗੁਰੂ ਸਾਹਿਬ ਆਪਾਂ ਇਹ ਸੁਣਦੇ ਹਾਂ ਵੀ ਸਤਿਗੁਰੂ ਪਾਤਸ਼ਾਹ ਬਾਣੀ ਉਚਾਰਦੇ ਸੀ ਨਿੱਤ ਪ੍ਰਤ ਗੁਰੂ ਉਚਾਰੀ ਜੈਸੇ ਬਾਣੀ ਲਿਖੀ ਮਨੀ ਸਿੰਘ ਤੈਸੇ ਅਤੇ ਉਹ ਕਿੱਡੇ ਮਹਾਨ ਆਲਮ ਵਿਦਵਾਨ ਨੇ ਭਾਈ ਮਨੀ ਸਿੰਘ ਉਹਨਾਂ ਨੂੰ ਗੁਰੂ ਸਾਹਿਬ ਲਗਮਾਤਰ ਨਹੀਂ ਦੱਸਦੇ ਸਾਨੂੰ ਇਤਿਹਾਸ ਵਿੱਚ ਇਹ ਨਹੀਂ ਜ਼ਿਕਰ ਮਿਲਦਾ ਵੀ ਉਹਨਾਂ ਨੂੰ ਲਗਮਾਤਰ ਦੱਸਦੇ ਹੋਣਗੇ ਜਦੋਂ ਕਿ ਆਪਣੇ ਲਈ ਇਹ ਔਖਾ ਹੈ ਵੀ ਅਸੀਂ ਕੋਈ ਵੀ ਗੁਰਬਾਣੀ ਦਾ ਸ਼ਬਦ ਸਾਨੂੰ ਵੇਖ ਕੇ ਕੋਈ ਲਗਮਾਤਰ ਨਾ ਦੱਸੇ ਅਖੀਰ 'ਤੇ ਔਂਕੜ ਸਿਹਾਰੀ ਕਿੱਥੇ ਲੱਗਦਾ ਤਾਂ ਆਪਣੇ ਲਈ ਔਖਾ ਹੈ ਪਰ ਭਾਈ ਮਨੀ ਸਿੰਘ ਨੇ ਸਾਰਾ ਲਿਖਿਆ ਸਾਡੇ ਲਈ ਏਡਾ ਵੱਡਾ ਉਤਸ਼ਾਹ ਦਾ ਪ੍ਰੇਰਨਾ ਦਾ ਸਰੋਤ ਪਿਆ ਵੀ ਇਹ ਉਹ ਜਗ੍ਹਾ ਉਹ ਥਾਂ ਹੈ ਜਿੱਥੇ ਗੁਰੂ ਪਾਤਸ਼ਾਹ ਨੇ ਆਪਣੀ ਬਖਸ਼ਿਸ਼ ਨਾਲ
भाई मनी सिंह तो सारी बाणी लिखवाई तो इस जगह नूं गुरु की काशी का वर दिता। सानू इस एहसास ना आना चाहिए भी इत्थे तां इत्थे दे जरे जरे दे विच गुरु पातशाह का उपदेश पै बाणी सारा कुछ गुरु दीआं बख्शिशां पईआं ने। जे असीं उहनां दे गाहक बण पहली गल तां गुण दा बंदा गाहक होना चाहिए ना, जे गाहक बन के आवांगे तां गुरु साहिब वल्लों तां ढिल नहीं कोई, उहनां ने तां बख्शिशां कीतीआं ने, इह तां साडी ढिल लै गई। वेसला पाणा वी असीं इत्थों अज वी उह सारा कुछ ना उह पुराणा हुंदा ना उह धुंदला पैंदा, ये साड़ी ढिल है साड़ी कोई मत ते पड़दा है गुरु साहब की बख्शिश तो कितने दूर नहीं है। सानू जरूर यह गुरु की काशी दे वजो इत्थे आना चाहिए। हाँ जी तो तस्वीर जिहड़ियां तुहानू दिखा रहे हैं गुरु की काशी श्री दमदमा साहब तो इस दे नाल जे मैं गल करा विवेकगढ़ प्रकाशन वालों जिहड़ा किताबां ने किताबां की स्टॉल है जिहड़ी वो लगाई गई है तो देख सकते हो। मैं वतन कहूँ वतन एक बार जरूर दिखा दियो सिख शहादत अखर ज्ञान तो उस दे नाल अजोके सिख इतिहास दियां जिहड़ियां किताबां ने भाई वीर सिंह जी होण सिख नसल कुशी का होवे संत पिंडरालिया का होवे कलगी धारी कलाधारी तो कलाधारी पूजा इस नाल होर भी वख वख तस्वीरां भी ने जिहड़ियां पेंटिंग्स भी ने वह भी लगाईआं गईआं ने जिहड़ियां सिखी नूं डिफाइन करदियां ने। ਬਾ ਕਮਾਲ ਤਸਵੀਰ ਹੈ ਮੈਂ ਕਹਿੰਦਾ ਇੱਕ ਵਾਰ ਜ਼ਰੂਰ ਦਿਖਾਓ ਵਤਨ ਮਾਤਾ ਜਿਹੜੀ ਆਪਣੀ ਬੱਚੀ ਨੂੰ ਆਪਣੇ ਹੱਥੀਂ ਜਿਹੜਾ ਗੁਰਬਾਣੀ ਪੜ੍ਹਾ ਰਹੀ ਹੈ ਕਿਤੇ ਨਾ ਕਿਤੇ ਤਸਵੀਰਾਂ ਸੀਗੀਆਂ ਜਿਹੜੀਆਂ ਪੰਜਾਬ ਦੇ ਵਿੱਚ ਪਹਿਲਾਂ ਦੇਖਣ ਨੂੰ ਮਿਲਦੀਆਂ ਸੀ ਪਰ ਹੁਣ ਇਹਨਾਂ ਦੀ ਅਣਹੋਂਦ ਕਰਕੇ ਜਿਹੜੀ ਗਿਰਾਵਟ ਸਾਡੇ ਸਮਾਜ ਦੇ ਵਿੱਚ ਆ ਗਈ ਸਾਡੇ ਘਰਾਂ ਦੇ ਵਿੱਚ ਆ ਗਈ ਤਾਂ ਲੋੜ ਹੈ ਸਾਨੂੰ ਕਿਤੇ ਨਾ ਕਿਤੇ ਅਜਿਹੀਆਂ ਚੀਜ਼ਾਂ ਵੱਲ ਇਹਨਾਂ ਰਵਾਇਤਾਂ ਵੱਲ ਦੁਬਾਰਾ ਮੁੜਨ ਦੀ ਤਾਂ ਜੋ ਸਿੱਖੀ ਜਿਹੜੀ ਸਾਨੂੰ ਗੁਰੂ ਸਾਹਿਬਾਨ ਨੇ ਬਖਸ਼ੀ ਆ ਉਸਨੂੰ ਸਾਂਭ ਰੱਖੀਏ ਅਤੇ ਅਜੋਕੇ ਸਮੇਂ ਦੇ ਵਿੱਚ ਜਿਹੜੀਆਂ ਅੜਚਣਾਂ ਸਾਨੂੰ ਆਉਂਦੀਆਂ ਨੇ ਉਹ ਇਹਨਾਂ ਰਵਾਇਤਾਂ 'ਤੇ ਚੱਲ ਕੇ ਹੀ ਦੂਰ ਹੋ ਸਕਦੀਆਂ ਨੇ। ਕੈਮਰਾ ਪਰਸਨ ਵਤਨ ਦੇ ਨਾਲ ਮੈਂ ਰਾਜਵੀਰ ਸਿੰਘ ਪੰਜਾਬ ਟੀ ਵੀ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ।